ਬੱਚੇ ਦਾ ਨਾਮ ਚੁੱਕਿਆ ਉਸਤਾਦ ਜੀ ਨੇ। ਅੱਛਾ ਕਬੂਤਰ ਜਿਹੜਾ ਉੱਡ ਰਿਹਾ ਉਹਨੂੰ ਵੇਖੋ, ਅੱਛਾ ਕਿਉਂ ਮਜੀਦ ਆਸਾਨ ਨਹੀਂ ਹੋਈ ਫਿਰ ਜਿਹੜੀ ਗੱਲ ਦੀ ਨਹੀਂ। ਦੇਖੇ ਦੋਸਤੋ ਭਾਈਓ, ਔਰ ਕੀਮਤੇ ਐਸੀ ਲਗਵਾਊਂਗਾ ਪਿਆਰ ਮੁਹੱਬਤ ਕੇ ਸਾਥ ਹਮੇ ਚਾਹੀਏ ਜੋ ਭਾਈ। ਦੇਖੇ ਦੋਸਤੋ ਰਾਮਪੁਰੀ ਦੂਸਰੇ ਨੰਬਰ ਜੋ ਡੈਡੀ ਰਾਮ ਮੈਰੋ ਵਾਲਾ ਡੈਡੀ ਪਲੇਅਰ, ਬੜਾ ਹੀ ਆਊਟ ਕਲਾਸ ਪਲੇਅਰ ਹੁੰਦਾ ਬਿਲਕੁਲ। ਕਿਆ ਬਾਤ ਹੈ, ਪਿਓਰ ਪ੍ਰਵਾਸੀ ਬੱਚੇ ਆ ਦੋਸਤੋ, ਬਰੀਡਰ ਬੱਚੇ ਆ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਵਾਂਸ ਅਗੇਨ ਵੈਲਕਮ ਬੈਕ। ਤੋ ਦੋਸਤੋ ਯੇ ਉਸਤਾਦ ਅਸਗਰ ਸਾਹਿਬ ਕੀ ਛੱਤ ਕੇ ਉੱਪਰ ਆਏ ਹਾਂ, ਹਮਾਰੇ ਸਾਥ ਜ਼ੈਨ ਭਾਈ ਤਸ਼ਰੀਫ ਲੈ ਕੇ ਆਏ ਹਾਂ, ਔਰ ਉਸਤਾਦ ਮਲਕ ਨਸੀਰ ਸਾਹਿਬ, ਉਸਤਾਦ ਅਸਗਰ ਸਾਹਿਬ ਕੇ ਖਾਸ ਸ਼ਾਗਿਰਦ ਹੈ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਚਾਲ ਨੇ ਉਸਤਾਦ ਜੀ? ਉਸਤਾਦ ਜੀ ਕਾਫੀ ਅਰਸੇ ਕੇ ਬਾਅਦ ਖਿਦਮਤ ਕਾ ਮੌਕਾ ਦਿਆ, ਕਾਮ ਪੇ ਮਸਰੂਫ ਥੇ। ਬਾਜ਼ੀਆਂ ਚੱਲ ਰਹੀਆਂ ਬਿਲਕੁਲ, ਕੱਲ ਵਾਲਾ ਐਤਵਾਰ ਕੈਂਸਲ ਹੋ ਗਿਆ ਮੌਸਮ ਦੀ ਵਜ੍ਹਾ ਤੋਂ, ਤੇ ਮੈਂ ਕਿਹਾ ਚਲੋ ਫਾਰਗ ਸਾਂ ਤੇ ਹਮਜ਼ਾ ਭਾਈ ਨੂੰ ਥੋੜਾ ਜਿਹਾ ਟਾਈਮ ਦੇ ਦਈਏ, ਤੇ ਅਗਲੀ ਐਤਵਾਰ ਫੇਰ ਜਿਹੜੀ ਉੱਡਦੀ ਹੈ। ਪਿਛਲੀ ਐਤਵਾਰ ਮਾਸ਼ਾਅੱਲਾ ਬੱਚੇ ਦਾ ਨਾਮ ਚੁੱਕੇ ਆ, ਬੱਚੇ ਦਾ ਨਾਮ ਚੁੱਕਿਆ ਉਸਤਾਦ ਜੀ ਨੇ। ਛੱਤ ਜਿਹੜੇ ਛੱਤ ਇਫਤਤਾਹ ਕੀਤਾ ਸੀ, ਠੀਕ ਹੈ ਜੀ, ਛੱਤ ਸ਼ੋਰਟਕਟ, ਤੇ ਨੈਕਸਟ ਟਾਈਮ ਹੁਣ ਇਨਸ਼ਾਅੱਲਾ ਤਾਲਾ ਉਮੀਦ ਹੈ ਫੇਰ ਅੱਛੀ ਪੋਜੀਸ਼ਨ ਆਏਗੀ, ਕੋਸ਼ਿਸ਼ ਜਾਰੀ ਹੈ। ਤੇ ਫਾਰਗ ਸਾਂ ਮੈਂ ਕਿਹਾ ਚਲੋ ਹਮਜ਼ਾ ਭਾਈ ਨੂੰ ਥੋੜਾ ਜਿਹਾ ਟਾਈਮ ਦੇ ਦਈਏ, ਨਾਲੇ ਦੋਸਤਾਂ ਵਾਸਤੇ ਕੋਈ ਵੀਡੀਓ ਲਾ ਲਈ ਛੋਟੀ ਜਿਹੀ। ਉਸਤਾਦ ਜੀ ਮੇਰਾ ਖਿਆਲ ਹੈ ਕਿ ਜਿੱਥੇ ਨਾਪ ਧੋਲ ਕੇ ਕਬੂਤਰਬਾਜ਼ੀ ਦਾ ਕੰਮ ਆਉਂਦਾ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਕਬੂਤਰਬਾਜ਼ੀ ਪੂਰੇ ਪੁਆਇੰਟਾਂ 'ਚ ਹੋਣੀ ਚਾਹੀਦੀ ਹੈ, ਉੱਥੇ ਤੁਹਾਡਾ ਨਾਮ ਮੈਂ ਪਹਿਲੇ ਲਾਂਗਾ। ਹਮਜ਼ਾ ਭਾਈ ਅਸਲ ਵਿੱਚ ਹੁਣ ਹਰ ਬੰਦਾ ਹੀ ਸਮਝ ਰੱਖਦਾ ਜਿਹੜਾ ਮੀਡੀਆ ਨਾ, ਇਹਨੇ ਕਬੂਤਰਬਾਜ਼ੀ ਬੜੀ ਫਾਸਟ ਕਰਦੀ, ਬਹੁਤ ਜ਼ਿਆਦਾ ਫਾਸਟ ਕਰਦੀ ਹੈ ਹਰ ਚੀਜ਼। ਹੁਣ ਤੁਸੀਂ ਕਿਸੇ ਚੀਜ਼, ਕਿਸੇ ਟੌਪਿਕ 'ਤੇ ਵੀ ਤੁਸੀਂ ਮਾਲੂਮਾਤ ਲੈਣਾ ਚਾਹੁੰਦੇ ਹੋ, ਸਮਝੋ ਬਾਸਾਨੀ ਇੱਕ ਨਹੀਂ ਦਰਜਨਾਂ ਨਾਲ ਉਸਤਾਦ ਨੇ ਜਿਹੜੇ ਦੱਸ ਰਹੇ, ਦਰਜਨਾ ਉਸਤਾਦ ਹੈ ਸਮਝਣ ਵਾਲਾ, ਜਿਹੜਾ ਨਾ ਸਮਝਣ ਵਾਲਾ ਹੋਣਾ ਚਾਹੀਦਾ। ਕਬੂਤਰਬਾਜ਼ੀ ਬੜੀ ਆਸਾਨ। ਉਸਤਾਦ ਜੀ ਇਨਸ਼ਾਅੱਲਾ ਤਾਲਾ ਹੁਣ ਦੋਸਤਾਂ ਭਾਈਆਂ ਦੇ ਜਿਹੜੇ ਨੇ ਸ਼ੌਕੀਨ ਹੈਗੇ ਨੇ, ਠੀਕ ਹੈ, ਕਾਫੀ ਲੋਕ ਗਲਤ ਗੁੰਮਰਾਹ ਵੀ ਕਰਦੇ ਨੇ। ਵੇਖੋ ਇੰਟਰਨੈਟ ਤੇ ਗੁੰਮਰਾਹੀ ਵੀ ਪਹਿਲੇ ਨੰਬਰ ਤੇ ਆਉਂਦੀ ਆ ਮਲਕ ਸਾਹਿਬ। ਦੋ ਪਹਿਲੂ ਹੁੰਦੇ ਨੇ, ਇੱਕ ਅੱਛਾ ਹੁੰਦਾ ਇੱਕ ਬੁਰਾ ਹੁੰਦਾ, ਤੁਸੀਂ ਅੱਛਾਈ ਵੱਲ ਤਵੱਜਾ ਦਿਓ, ਠੀਕ ਹੈ, ਗਲਤ ਪਾਸੇ ਵੱਲ ਤੁਸੀਂ ਜਾਓ, ਉਹਨਾਂ ਨਾਲ ਆਪਣੀ ਸੋਚ ਰੱਖੋ। ਤੁਸੀਂ ਜਦੋਂ ਸੋਚ ਤੁਹਾਡੀ ਅੱਛੀ ਹੋਏਗੀ, ਤੁਸੀਂ ਸਿੱਖਣ ਦੇ ਅਮਲ ਹੀ ਚਾਹੋਗੇ, ਤੁਹਾਡੇ ਅੰਦਰ ਭੁੱਬ ਹੋਣੀ ਚਾਹੀਦੀ ਸਿੱਖਣ ਦੀ, ਅਤੇ ਬੜੀ ਆਸਾਨੀ ਹੈ ਪਰਿੰਦਿਆਂ ਦੇ ਵਿੱਚ, ਕੋਈ ਮੁਸ਼ਕਲ ਨਹੀਂ। ਅੱਛਾ ਕਬੂਤਰ ਜਿਹੜਾ ਉੱਡ ਰਿਹਾ ਉਹਨੂੰ ਵੇਖੋ, ਅੱਛਾ ਕਿਉਂ, ਮਜ਼ੀਦ ਆਸਾਨੀ ਹੋ ਜਾਏਗੀ। ਫਿਰ ਜਿਹੜੀ ਗੱਲ ਦੀ ਨਹੀਂ ਸਮਝ ਆਉਂਦੀ, ਅਤੇ ਹੁਣ ਹਰ ਉਸਤਾਦ ਰਹਿਨੁਮਾਈ ਕਰ ਰਹੇ ਇਸੇ ਤਰ੍ਹਾਂ, ਸਮਝੋ ਹੁਣ ਤਾਂ ਕਬੂਤਰਬਾਜ਼ੀ ਪਹਿਲੇ ਦੀ ਨਿਸਬਤ ਬਹੁਤ ਆਸਾਨ ਹੋ ਗਈ, ਬਹੁਤ ਆਸਾਨ ਹੋ ਗਈ ਹੈ। ਪਹਿਲੇ ਹੁੰਦਾ ਸੀ ਉਸਤਾਦ ਦੱਸਦੇ ਨਹੀਂ ਸਨ, ਅਤੇ ਹੁਣ ਦੇਖਾ ਦੇਖੀ ਹਰ ਉਸਤਾਦ ਦੱਸ ਰਹੇ, ਹਰ ਗੱਲ ਦੱਸ ਰਿਹਾ। ਹਾਂਜੀ ਬਿਲਕੁਲ, ਕਿਉਂਕਿ ਉਹ ਹੁਣ ਇੱਕ ਟ੍ਰੈਂਡ ਬਣ ਗਿਆ ਨਾ, ਕਿ ਸਮਝੋ ਜਿੰਨੇ ਉੱਤੇ ਆਉਣਾ, ਜਿੰਨੇ ਆਪਣੇ ਆਪ ਨੂੰ ਐਡਵਰਟਾਈਜ਼ ਕਰਾਉਣੀ ਆਪਣੀ, ਉਹ ਭਾਜੀ ਉਹ ਦੱਸ ਰਿਹਾ, ਨੁਸਖੇ ਵੀ ਦੱਸ ਰਹੇ ਨੇ, ਕਬੂਤਰਬਾਜ਼ੀ ਦੱਸ ਰਹੇ ਨੇ, ਜੋੜੇ ਲਾਣਾ ਦੱਸ ਰਹੇ ਨੇ, ਹੱਡੀ ਜੋੜ ਦਾ ਦੱਸ ਰਹੇ ਨੇ, ਪਰ ਕੁੰਦੇ ਦਾ ਦੱਸ ਰਹੇ। ਉਸਤਾਦ ਜੀ ਹੁਣ ਤੁਹਾਡੇ ਕੋਲ ਆਏ ਹਾਂ, ਜ਼ੈਨ ਭਾਈ ਵੀ ਲੈ ਕੇ ਆਏ ਹਾਂ, ਦੇਖੋ ਜੀ ਜ਼ੈਨ ਭਾਈ ਦੇ ਨਾਲ ਆਏ ਹਾਂ, ਠੀਕ ਹੈ। ਜ਼ੈਨ ਨੇ ਫੋਨ ਕੀਤਾ ਸੀ, ਯਾਰ ਉਸਤਾਦ ਜੀ ਟਾਈਮ ਹੈ, ਮੈਂ ਕਿਹਾ ਆਇਓ ਯਾਰ ਤੁਸੀਂ, ਤੇ ਬੱਚੇ ਭੇਜ ਦਨ, ਮੈਂ ਕਿਹਾ ਚਲੋ ਦੋਸਤਾਂ ਨੂੰ ਜਿਹੜਾ ਹੈਗਾ। ਉਸਤਾਦ ਜੀ ਦੇ ਘਰ ਦੇ ਬੱਚੇ, ਹਾਂਜੀ, ਤੇ ਜੀ ਭਾਈਓ ਮੈਨੂੰ ਵੀ ਕਾਫੀ ਡਿਮਾਂਡ ਆ ਰਹੀ ਸਾਸ ਦੇ ਘਰ ਦੇ ਬੱਚਿਆਂ ਦੀ, ਇਹਨਾਂ ਦੇ ਰਿਜ਼ਲਟ ਨੇ ਤੇ ਫੋਨ ਆਉਂਦੇ ਨੇ, ਚੜ੍ਹਦੇ ਸੂਰਜ ਨੂੰ ਸਲਾਮ ਹੈ, ਇਹਨਾਂ ਦੇ ਘਰ ਅੱਛਾ ਰਿਜ਼ਲਟ ਹੈ, ਲੋਕ ਇਹਨਾਂ ਨੂੰ ਪਸੰਦ ਕਰਦੇ ਨੇ, ਤੇ ਅਸੀਂ ਇਹਨਾਂ ਕੋਈ ਟਾਈਮ ਲੈ ਕੇ ਇਹਨਾਂ ਦੇ ਕੋਲ ਆਏ, ਇਸੇ ਤਰ੍ਹਾਂ ਹੀ ਹੈ। ਤੇ ਭਾਈ ਦੇਖੋ ਅੱਛੀ ਚੀਜ਼ ਹੋਏਗੀ ਨਾ,
ਤੇ ਤੁਹਾਨੂੰ ਲੋਕ ਦੁਬਾਰਾ ਤੁਹਾਡੇ ਨਾਲ ਰਾਬਤਾ ਕਰਾਂਗੇ, ਤੁਸੀਂ ਜਿੰਨੀਆਂ ਮਰਜ਼ੀ ਕਹਾਣੀਆਂ ਸੋਣੀਆਂ ਸੁਣਾਓ, ਠੀਕ ਹੈ, ਰਿਜ਼ਲਟ ਨਹੀਂ ਆਏਗਾ ਦੁਬਾਰਾ ਤੁਹਾਨੂੰ ਕੋਈ ਜਿਹੜਾ ਨਹੀਂ ਪੁੱਛੇਗਾ। ਦੇਖੋ ਰਿਜ਼ਲਟ ਦੇ ਉੱਤੇ ਜਿਹੜਾ ਹੈਗਾ ਜੇ ਨਾ ਤੁਹਾਡੀ ਬਾਤ ਹੈਗੀ ਜੀ, ਰਿਜ਼ਲਟ ਤੋਂ ਬਗੈਰ ਨਹੀਂ, ਗੱਲਾਂ ਨਾਲ ਬਾਤ ਨਹੀਂ ਬਣਦੀ, ਰਿਜ਼ਲਟ ਨਾਲ ਗੱਲ, ਰਿਜ਼ਲਟ ਨਾਲ ਹੀ ਗੱਲ ਬਣਦੀ ਹੈ। ਤੇ ਪੇਅਰ ਵੀ ਉਸਤਾਦ ਜੀ ਨੇ ਚੰਦ ਪੇਅਰ ਕੱਢੇ ਨੇ, ਹਾਂਜੀ ਕਬੂਤਰ ਵੀ ਜਿਹੜੇ ਹੈਗੇ ਨੇ ਸੈਟਅਪ ਦਾ ਅੰਦਰ ਤੁਹਾਨੂੰ ਸ਼ੋਅ ਕਰਵਾਉਣਾ ਜਿਹੜਾ ਨਾ ਡੈਡੀ ਨੇ ਸੈਟਅਪ ਲਗਾਇਆ ਨਾ, ਤੇ ਇਹਨਾਂ ਦੇ ਵਿੱਚੋਂ ਇਨਸ਼ਾਅੱਲਾ ਪੇਅਰ ਲਗਾਵਾਂਗੇ, ਹੋ ਸਕਦਾ ਸਾਰੇ ਸੀਲ ਕਰਨੇ ਪੈਣ ਕਿਉਂਕਿ ਅਸੀਂ ਜਿਹੜਾ ਨਾ ਸੈਟਅਪ ਚੇਂਜ ਕਰਦੇ ਹਾਂ। ਮੇਰੇ ਦੋਸਤੋ ਬਾਈਓ, ਮੈਂ ਇਸ ਚੀਜ਼ ਨੂੰ ਮੰਨਣਾ ਕਿ ਟਾਈਮ ਦੀ ਸ਼ਾਰਟੇਜ ਹੁੰਦੀ ਹੈ। ਦੇਖੋ ਬੇਪਨਾਹ ਸ਼ਾਗਿਰਦ ਨੇ, ਗੁਜਰਾਤ ਦੀਨੇ ਖਾਰੀਆਂ ਵਗੈਰਾ ਜਾਣਾ ਪੈਂਦਾ, ਅਤੇ ਕਬੂਤਰਬਾਜ਼ੀ ਦਾ ਇੱਕ ਐਸਾ ਸ਼ੌਕ ਹੈਗਾ ਕਿ ਮੈਂ ਕਹਿੰਦਾ ਮਲਕ ਸਾਹਿਬ ਇਹਦੇ ਵਿੱਚ ਤੁਹਾਡੇ ਕੋਲ ਇੱਕ ਪ੍ਰੋਪਰ ਟਾਈਮ ਹੋਣਾ ਚਾਹੀਦਾ ਇਹਨਾਂ ਦੀ ਕੇਅਰ ਟੇਕ ਕਰਨ ਵਾਸਤੇ, ਠੀਕ ਹੈ। ਇੱਕ ਬੰਦਾ ਇਹਨਾਂ ਦੀ ਕੇਅਰ ਟੇਕ ਨਹੀਂ ਨਾ ਕਰ ਸਕਦਾ ਅਤੇ ਉਹ ਫਿਰ ਮਖਸੂਸ ਰੱਖ ਲਿਓ ਬਿਹਤਰ ਹੈ। ਅੱਛੇ ਤੋਂ ਅੱਛਾ ਕਬੂਤਰ ਹੋਵੇ, ਜਿਸ ਉਸਤਾਦ ਨੂੰ ਕਬੂਤਰ ਬਣਾਉਣਾ ਅਤੇ ਚਲਾਉਣਾ ਨਹੀਂ ਨਾ ਆਉਂਦਾ, ਅੱਛੇ ਤੋਂ ਅੱਛਾ ਕਬੂਤਰ ਵੀ ਨਹੀਂ ਚਾਹੀਦਾ। ਇਸ ਤਰ੍ਹਾਂ ਹੀ ਜਿਸ ਨਾਲ ਭਲਵਾਨ ਨੂੰ ਹਰ ਸਾਲ ਮਿਹਨਤ ਕਰਕੇ ਤਿਆਰੀ ਕਰਕੇ ਖਾਰੇ ਜਾਣਾ ਪੈਂਦਾ ਨਾ, ਇਸੇ ਤਰ੍ਹਾਂ ਕਬੂਤਰ 'ਤੇ ਵੀ ਹਰ ਸਾਲ ਮਿਹਨਤ ਕਰਨੀ ਪੈਂਦੀ ਹੈ, ਕਬੂਤਰ ਬਣਿਆ ਹੀ ਅੱਗੇ ਆਉਂਦਾ। ਤੇ ਦੋਸਤੋ ਬਾਈਓ, ਇਹਨਾਂ ਦੇ ਰਿਜ਼ਲਟਡ ਕਬੂਤਰਾਂ ਦਾ ਸ਼ੋਅ ਕਰਵਾਵਾਂਗੇ, ਠੀਕ ਹੈ। ਮੁਸਤਾਜ ਨੇ ਕਿਹਾ ਕਿ ਹੁਣ ਇਨਸ਼ਾਅੱਲਾ ਤਾਲਾ ਤੁਹਾਡੇ ਚੈਨਲ ਤੇ ਆਵਾਂ ਕਰਾਂਗੇ, ਤੇ ਦੋਸਤਾਂ ਕੰਟੀਨਿਊ ਜਿਹੜਾ ਨਾ ਹੁਣ ਪ੍ਰੋਪਰ ਜਿਹੜਾ ਹੈਗਾ ਦੋਸਤਾਂ ਦੀ ਖਿਦਮਤ ਕਰਾਂਗੇ, ਦੋਸਤਾਂ ਭਾਈਆਂ ਦੀ ਖਿਦਮਤ ਕਰਾਂਗੇ ਜਿਹੜੇ ਨਾ ਫੇਲ ਕਰਕੇ ਦੇਵਾਂਗੇ, ਮੇਰੇ ਸ਼ਗਿਰਦਾਂ ਤਦਾਦ ਹੀ ਬੱਚੇ ਨਿਕਲਦੇ ਨੇ। ਜੀ ਦੋਸਤੋ ਭਾਈਓ, ਮਾਸ਼ਾਅੱਲਾ ਸੇ ਦੇਖੇ ये सेल वाले कबूतर है। नहीं जी भाई, ये ना 10 जोड़े निकाले हैं, टोटल 20 पीस है, 10 जोड़े हैं, ठीक है। अगर किसी भाई के समय में 10 के 10 जोड़े आते हैं वो भी रابطہ कर ले, अगर किसी भाई को इनके अंदर से 2, 4, 5, 6 जोड़ा चाहिए वो भी रابطہ कर ले, जो पहले आएगा वो पहले पाएगा। फिर वो काफी भाई डिमांड करते रहेगा, यार मुझे 10 के 10 ये, हम एक सेल कर देते हैं, दो सेल कर देते हैं। दोस्तों भाईयों, जिस भाई ने हमें डिमांड करनी है, हमने पैसे लगवाने, हमने उसको दे देने हैं, ठीक है। तो ये बड़े ही अच्छे नयाब से नयाब कबूतर है। तो दोस्तों भाईयों, उनमें से आपको पेयर दिखाते हैं। ਜੀ ਦੋਸਤੋ, ਸ਼ੋਅ ਕਰੇ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਘੰਟਾ ਲਗਾ ਕਰ ਯੇ 5 ਪੇਅਰ ਨਿਕਾਲੇ ਆ ਭਾਈਓ ਕੇ ਲਈ। ਭਾਈਓ ਨੇ ਸ਼ੋਅ ਕਰਨਾ, ਲਾਈਕ ਲਾਜ਼ਮੀ ਕਰਨਾ। ਮੈਂ ਆਪਣੇ ਹਰ ਆਨੇ ਵਾਲੇ ਦੋਸਤ ਕੋ ਯਹੀ ਕਹਿਤਾ ਹੂੰ ਕਿ ਯਾਰ ਵੀਡੀਓ ਕੋ ਲਾਈਕ ਕੀਆ ਕਰੇ, ਐਸੇ ਹਮਾਰੀ ਹੌਸਲਾ ਅਫਜ਼ਾਈ ਹੋਤੀ ਹੈ। ਕਿਆ ਖਿਆਲ ਹੈ ਉਸਤਾਦ ਜੀ? ਬਿਲਕੁਲ ਜੀ ਬਿਲਕੁਲ, ਅਗਰ ਇਹ ਹੌਸਲਾ ਅਫਜ਼ਾਈ ਹੋਗੀ ਤੋ ਆਪ ਵੀ ਜ਼ਿਆਦਾ ਜਦੋ ਜੇ ਸੇ ਮਿਹਨਤ ਕਰੇਂਗੇ ਨਾ, ਜ਼ਿਆਦਾ ਜਦੋ ਜਹਿਦ ਕਰੇਂਗੇ। ਦੇਖੇ ਦੋਸਤੋ ਭਾਈਓ, ਔਰ ਕੀਮਤੇ ਐਸੀ ਲਗਵਾਉਂਗਾ ਪਿਆਰ ਮੁਹੱਬਤ ਕੇ ਸਾਥ। ਜੀ ਦੋਸਤੋ, ਸ਼ੋਕ ਕਰੇ, ਲੈ ਜੀ ਹਮਜ਼ਾ ਭਾਈ ਚੈੱਕ ਕਰੇ, ਮਾਸ਼ਾਅੱਲਾ ਕਿਆ ਬਾਤ ਹੈ ਜੀ। ਮਹਿਰੋਂ ਵਾਲੇ ਡੈਡੀ ਕਬੂਤਰਾਂ ਦੇਖੇ ਦੋਸਤੋ, ਆਫ ਵਾਈਟ ਅੰਖੋਂ ਕੇ ਜੋ ਭਾਈ ਡਿਮਾਂਡ ਕਰ ਰਹੇ ਥੇ ਕਿ ਹਮਜ਼ਾ ਭਾਈ ਹਮੇ ਚਾਹੀਏ। ਦੇਖੇ ਦੋਸਤੋ, ਇਹ ਨਾਰਾ ਦੋਸਤੋ ਕਿਆ ਬਾਤ ਹੈ ਜੀ। ਹਮਜ਼ਾ ਭਾਈ ਦੇਖੇ ਮਾਸ਼ਾਅੱਲਾ, ਜਿਨਕੇ ਲੋਹ ਹੋਤੇ ਨਾ ਬੜੇ ਮਾਸ਼ਾਅੱਲਾ ਕਲਬਾਂ, ਔਰ ਇਹ ਦੇਖੇ ਇਸਕੀ ਲੱਟ ਵੀ ਆ, ਕਿਆ ਬਾਤ ਹੈ ਜੀ। ਇੱਕ ਸਮੇਂ ਦੇ ਖਤਰ ਨਹੀਂ, ਕਬੂਤਰ ਬਹੁਤ ਇਕਲ ਕੋ ਮਾਲਕ ਹੋਤੇ ਆ, ਚੈੱਕ ਕਰੇ ਮਾਸ਼ਾਅੱਲਾ। ਮਾਸ਼ਾਅੱਲਾ ਸੇ ਆਂਖ ਮੇ ਰਿੰਗ ਦੇਖੇ ਦੋਸਤੋ, ਕਿਆ ਬਾਤ ਹੈ ਜੀ, ਨੀਲਾ ਰਿੰਗ। ਪਲਕ ਦੇਖੇ, ਫੁੱਲ ਕਰੀਮ ਆਂਖ ਹੈ ਇਸਕੀ। ਉਹਦਾ ਭਾਈ ਨੋਕ ਦੇਖੇ, ਕੋਈ ਪੋਲਿਸ਼ ਪੁਲਿਸ਼ ਨਹੀਂ ਹੈ, ਜੈਨਮਨ ਨੋਕ ਹੈ। ਪਲਕ ਦੇਖੇ,
ये इसका पार दसवीं गली आ रही है इसकी, दुम देखें, और ये इसके पंजे। जी दोस्तों भाइयों माशाल्लाह से स्टैंडिंग देखें। हमला भाई ये जोड़ा तकरीबन 15,000 से 20,000 की मालियत का जोड़ा है, लेकिन आपको मेरे होते हुए ना बिल्कुल मुनासिब रेट करके और उस्ताद असगर साहब की वसाकत से ये 8,000 का मिलेगा आपको। मैं कहता हूँ फ्री वाला रेट है। माशाल्लाह जी माशाल्लाह 8,000 रुपये का मिलेगा। और बहस नहीं होगी, अगर कोई भाई बहस करेगा ना, कोई ज़्यादा लेगा ना सारे जोड़े लेगा तो उसके साथ कुंभर मारे दुखा, वरना जो रेट लगा देंगे ना फाइनल होंगे। ठीक है भाई, तो दोस्तों भाई रेट बिल्कुल प्यार मोहब्बत वाले लगा रहे हैं, जो हमारे खान भाई हैं, जो पठान भाई हैं दोस्तों, जो हमारे इंडियन भाई हैं, जो हमारे परदेसी भाई हैं, एबटाबाद मानसिरा में जो हमारे पठान भाई हैं ना, वो इन चीज़ों को बड़ा ही लाइक करते हैं, तो उनके लिए ये स्पेशल ऑफर है। क्या बात है जी, अब भाइयों को दूसरा पेड़ दिखाते हैं। ले जी हमजा भाई चेक करें, माशाल्लाह रामपुरी दूसरे नंबर के ऊपर टैडी रामपुरी, इनमें टैडियों को क्रॉस है। देखे माशाल्लाह टैडी रामपुरी बहुत ही आउट क्लास माशाल्लाह जोड़ा है। तो दोस्तों भाई उस्तादी कबूतर है ये नारा, दोस्तों ले जी हमजा भाई चेक करें माशाल्लाह, माशाल्लाह से आंख देखें। पर का शौक करें पकड़ तो हुए दोस्तों, बहुत ही जहरीला है पर, अपने इसने टेरे करवा लिए। दुम देखें पंजे देखें, ये मादी है दोस्तों, इसकी आंख देखें, क्या बात है। पर का शौक करें देखें, स्लेटी पर भी है। मतलब भाई ने जाप चीजें अच्छी चीजें हैं, पर इंशाल्लाह भाइयों को मजा आएगा इन चीजों का। जी दोस्तों माशाल्लाह से स्टैंडिंग देखें, क्या बात है जी, तो क्या प्यार में पता है। हमदा भाई ये 7,000 का मिल जाएगा भाइयों को, ये प्यार में बोल करके टैडी रामपुरी, बड़े अच्छे रिजल्ट है माशाल्लाह इनके। ठीक है अब भाइयों को तीसरा पेड़ दिखाते हैं। ये तीसरा पेड़ है देखें जी माशाल्लाह, ये भी मैरो वाला टैडी बेयर है, बड़ा ही आउट क्लास पेड़ है भाई माशाल्लाह। ये मेल है दोस्तों, चेक करें हमदा भाई माशाल्लाह, इनके खोपड़ चेक करें, इनकी नोके चेक करें माशाल्लाह। ये सिर्फ इनको नहलाइयां नहीं है हमदा भाई, ठीक है छाँव में है कबूतर, इनको नहलाइयां जब भी आएंगी क्रीज में कबूतर, मैं कहता हूँ और खूबसूरत हो जाएगा मजीद। ये पर का शो करें, और दोस्तों भाई इसकी ना नोक भरी है, वो भी आपको दिखाते हैं। ये देखिए ये नोक सिर्फ ऊपर से ना, ना टेढ़ी है ना कुछ है, आगे से सिर्फ इतनी सी बड़ी हुई है, उकाब जैसी बनी हुई है आगे से। ये फीमेल है दोस्तों, माशाल्लाह से आंख देखें फीमेल की, क्या बात है, शीशा आंख है दोस्तों। पर का शो करें, ये बैलेंस, और ये इनके पंजे। जी दोस्तों माशाल्लाह से स्टैंडिंग देखें। ले जी हमदा भाई ये भी दोस्तों भाइयों को जो है ना मजीद प्यार में बोल करके ना 7,000 रुपए का जोड़ा मिल जाएगा फाइनल। क्या बात है जी, देखें दोस्तों
ਦਾ ਭਾਈ ਜੋੜੇ ਜੋ ਨਾ 10-15 ਹਜ਼ਾਰ ਕੇ ਮਾਲਿਤ ਵਾਲੇ ਆ ਓਰੀਜਨਲ ਕੁਆਲਿਟੀ ਕੇ ਪਿਆਰ ਦੋਸਤ ਕਬੂਤਰ ਲੇਕਿਨ ਸਿਰਫ ਭਾਈਓਂ ਕੋ ਪਿਆਰ ਮੁਹੱਬਤ ਕਰਕੇ ਜੋ ਨਾ ਪਠਾਨ ਭਾਈਓਂ ਕੋ ਖਾਸ ਕਰਕੇ ਇਹ ਵੀਡੀਓ ਉਨਕੇ ਲਈ ਡੈਡੀਕੇਟ ਹੈ ਸਾਰੇ ਭਾਈਓਂ ਕੇ ਲਈ ਐਬਤਾਬਾਦ ਮਾਨਸਰਾ ਸੁਆਦ ਕੋ ਆਠ ਪਿੰਡੀ ਮਰਦਾਨ ਇਹ ਸਭ ਭਾਈਓਂ ਕੇ ਲਈ ਜੋ ਨਾ ਅੱਜ ਆਫਰ ਹੈ ਅਬ ਭਾਈਓਂ ਕੋ ਨੰਬਰ 4 ਪੇ ਦਿਖਾਤੇ ਲੈ ਜੀ ਦੋਸਤੋ ਭਾਈਓ ਨੰਬਰ 4 ਮਾਸ਼ਾਅੱਲਾ ਜੀ ਚੈੱਕ ਕਰੇ ਮਾਸ਼ਾਅੱਲਾ ਹੁੰਦਾ ਭਾਈ ਕਿਆ ਮਾਸ਼ਾਅੱਲਾ ਚੀਜ਼ ਹੈ ਆਊਟ ਕਲਾਸ ਇਹ ਨਾਰਾ ਦੋਸਤੋ ਚੈੱਕ ਕਰੇ ਮਾਸ਼ਾਅੱਲਾ ਕੈਸਾ ਮਾਸ਼ਾਅੱਲਾ ਓਰੀਜਨਲ ਕੀ ਬਾਤ ਹੈ ਜੀ ਤੋ ਦੋਸਤੋ ਭਾਈਓ ਅੱਜ ਨਾ ਬੱਦਲ ਬਣੇ ਹੋਵੇ ਧੂਪ ਹੋ ਨਾ ਤੋ ਫਿਰ ਆ ਭਾਈਓ ਕੋ ਪਤਾ ਚੱਲੇ ਕਿ ਕੈਸੀ ਕੁਆਲਿਟੀ ਦਿਖਾ ਰਹੇ ਹਾਂ ਭਾਈਓ ਕੋ ਕਿਆ ਖਿਆਲ ਆ ਜਾਨ ਭਾਈ ਇਸੇ ਤਰ੍ਹਾਂ ਹੀ ਅੱਬ ਵੀ ਮਾਸ਼ਾਅੱਲਾ ਸ਼ੌਮ ਮੇ ਵੀ ਬਹੁਤ ਅੱਛਾ ਸ਼ੌਕ ਹੈ ਚੀਜ਼ ਅੱਛੀ ਹੋ ਨਾ ਤੋ ਵੋ ਅੰਧੇਰੇ ਮੇ ਵੀ ਨਜ਼ਰ ਆਤੀ ਹੈ ਐਂਡ ਵਾਲੇ 3 ਪਾਰ ਦੇਖੇ ਇਸਕੇ ਕਬੂਤਰ ਕ੍ਰੀਜ ਮੈਂ ਸਿਰਫ ਨਹਿਲਾਈ ਹੋਗੀ ਬੇਅਰ ਸਿੰਘ ਨੂੰ ਨਹਿਲਾਈਆਂ ਹੋ ਇਹ ਕਬੂਤਰ ਹੋਰ ਹਸੀਨ ਹੋ ਜਾਏਗਾ ਇਹ ਮਾਦੀ ਆ ਦੋਸਤੋ ਚੈੱਕ ਕਰੇ ਮਾਸ਼ਾਅੱਲਾ ਬਸ ਆ ਭਾਈਓ ਕੋ ਬਤਾਇਆ ਕਿ ਟਾਈਮ ਕੀ ਨਜ਼ਾਕਤ ਕੀ ਵਜ੍ਹਾ ਸੇ ਨਹਿਲਾਈਆਂ ਨਹੀਂ ਹੋ ਪਾ ਰਹੀ ਆਂਗ ਦੇਖੇ ਇਸਕੀ ਪਰ ਕਾ ਸ਼ੋਅ ਕਰੇ ਵਾਈਬ੍ਰੇਸ਼ਨ ਦੇਖੇ ਦੋਸਤੋ ਅਭੀ ਪਰ ਇਸਕੇ ਨਏ ਆ ਰਹੇ ਬੀਚ ਮੇ ਸੇ ਕੰਮ ਦੁਮ ਦੇਖੇ ਯੇ ਇਸਕੇ ਪੰਜੇ ਜੀ ਦੋਸਤੋ ਭਾਈਓ ਮਾਸ਼ਾਅੱਲਾ ਸੇ ਸਟੈਂਡਿੰਗ ਦੇਖੇ ਇਸਕਾ ਕਿਆ ਪਿਆਰ ਮੁਹੱਬਤ ਹੈ ਹਮਦਾ ਭਾਈ ਇਹ ਵੀ ਵਹੀ ਪਿਆਰ ਮੁਹੱਬਤ ਹੋਗਾ ਇਨਸ਼ਾਅੱਲਾ 8000 ਰੁਪਏ ਫਾਈਨਲ ਹੋਗਾ ਇਸ ਜੋੜੇ ਕਾ ਵੀ 8000 ਰੁਪਏ ਕੁਛ ਵੀ ਨਹੀਂ ਹੁੰਦਾ ਭਾਈ ਮੈਂ ਕਹਤਾ ਹੂੰ ਕੇਲਾ ਕੇਲਾ ਪੀਸ ਹੀ 8000 ਰੁਪਏ ਅਬ ਭਾਈਓ ਕੋ ਲਾਸਟ ਪੇਅਰ ਦਿਖਾਤੇ ਇਹ ਲਾਸਟ ਪੇਅਰ ਹੈ ਲੈ ਜੀ ਹਮਦਾ ਭਾਈ ਇਹ ਵੀ ਰਾਮਪੁਰੀ ਪੇਅਰ ਹੈ ਮਾਸ਼ਾਅੱਲਾ ਬਹੁਤ ਹੀ ਆਊਟ ਕਲਾਸ ਪੇਅਰ ਹੈ ਰਾਮਪੁਰੀ ਚੈੱਕ ਕਰੇ ਇਹ ਨਾਰਾ ਦੋਸਤੋ ਆਂਗ ਦੇਖੇ ਬੱਚੇ ਬਾਲ ਰਹਾ ਤਾ ਕਿਆ ਬਾਤ ਹੈ ਆਂਕ ਡਾਇਲ ਚੈੱਕ ਕਰੇ ਮਾਸ਼ਾਅੱਲਾ ਉਸਤਾਦ ਅਸਕਰ ਸਾਹਿਬ ਕੇ ਉਸਤਾਦੀ ਕਬੂਤਰ ਹੈ ਪਰ ਕਾ ਸ਼ੌਕ ਕਰੇ ਦੁਮ ਦੇਖੇ ਕਾਟੇ ਕਾਲੇ ਦੁਮੇ ਕਾਲੀ ਸਲਾਰੇ ਪੱਲੇ ਮਾਸ਼ਾਅੱਲਾ ਬਹੁਤ ਹਸੀਨ ਹੈ ਇਹ ਫੀਮੇਲ ਹੈ ਦੋਸਤ ਦੇਖੇ ਮਾਸ਼ਾਅੱਲਾ ਇਸਕੇ ਵੀ ਗਾਟਾ ਕਾਲਾ ਦੁਮ ਕਾਲੀ ਵਾਈਟ ਪੱਲੇ ਮਾਸ਼ਾਅੱਲਾ ਆਂਗ ਦੇਖੇ ਇਸਕੀ ਕਿਆ ਬਾਤ ਹੈ ਜੀ ਤੋ ਦੋਸਤੋ ਭਾਈ ਉਹ ਧੂਪ ਹੋਣਾ ਤੋ ਯਹੀ ਆਂਖੇ ਆਪ ਦੇਖਣਾ ਪਰ ਦੇਖੇ ਦੁਮ ਕਾ ਸ਼ੌਕ ਕਰੇ ਔਰ ਮੁਝੇ ਉਮੀਦ ਹੈ ਕਿ ਜਿਤਨੇ ਭਾਈ ਵੀਡੀਓਸ ਦੇਖ ਰਹੇ ਸਭ ਭਾਈਓਂ ਕੋ ਜੋ ਪਰਿੰਦੇ ਪਸੰਦ ਆਏਗੇ ਜੀ ਦੋਸਤੋ ਮਾਸ਼ਾਅੱਲਾ ਸੇ ਸਟੈਂਡਿੰਗ ਦੇਖੇ ਇਸਕਾ ਕਿਆ ਪਿਆਰ ਮੁਹੱਬਤ ਭਾਈ ਇਹ ਵੀ 7000 ਕਾ ਪਿਆਰ ਮੁਹੱਬਤ ਕਰਕੇ ਨਾ ਇਹ ਵੀ 7000 ਰੁਪਏ ਕਾ ਪੇਅਰ ਆ ਦੋਸਤੋ ਮਾਸ਼ਾਅੱਲਾ ਬਹੁਤ ਹੀ ਮਾਸ਼ਾਅੱਲਾ ਅੱਛੀ ਸਟੈਂਡਿੰਗ ਵਾਲੇ ਔਰ ਮਾਸ਼ਾਅੱਲਾ ਕੁਆਲਿਟੀ ਵਾਲੇ ਕਬੂਤਰ ਹੈ ਤੇ ਜ਼ੈਨ ਭਾਈ ਮੈਂ ਕਹਿੰਦਾ ਉਸਤਾਦ ਜੀ ਦੇ ਜੋਰੇ ਵੇਖ ਕੇ ਯਕੀਨ ਕਰੋ ਮਜ਼ਾ ਆ ਗਿਆ ਹਮਜ਼ਾ ਭਾਈ ਦੇਖੋ ਉਸਤਾਦ ਆਦਮੀ ਨੇ ਸਾਡੇ ਛਤਰੇ ਦੇ ਵਿੱਚ ਨਾਮ ਇਹਨਾਂ ਦਾ ਇੱਕ ਉਸਤਾਦ ਅਸਕਰ ਸਾਹਿਬ ਦਾ ਠੀਕ ਹੈ ਮਾਸ਼ਾਅੱਲਾ ਤੇ ਹਰ ਬੰਦਾ ਕਬੂਤਰ ਪਰਵੀ ਦੇ ਹਿਸਾਬ ਨਾਲ ਕੋਈ ਵੀ ਮਸਲਾ ਹੋਵੇ ਤਾਂ ਸਾਧ ਉਹਨਾਂ ਨੂੰ ਬੁਲਾਉਂਦੇ ਨੇ ਤੇ ਘਰ ਵੀ ਉਹਨਾਂ ਨੇ ਬੜੇ ਅੱਛੇ ਜੋੜੇ ਰੱਖੇ ਨੇ ਤੇ ਇਹਨਾਂ ਦੇ ਕੋਲ ਪਰਿਵਾਰ ਦੇ ਬੱਚੇ ਵੀ ਬੜੇ ਅੱਛੇ ਨੇ ਇੱਕ ਦਫਾ ਪਹਿਲੇ ਵੀ ਬੱਚੇ ਇਸ ਘਰੋਂ ਗਏ ਸਨ ਤੇ ਬੱਚਿਆਂ ਦੀ ਧੁੰਮਾ ਸਾਨੂੰ ਘਰਾਂ ਦੇ ਵਿੱਚ ਠੀਕ ਹੈ ਦੁਬਾਰਾ ਫਿਰ ਬੱਚੇ ਕਿਉਂਕਿ ਬੱਚੇ ਤੁਹਾਨੂੰ ਪਤਾ ਪਲਦੇ ਲੇਟ ਨੇ ਤੇ ਹੁਣ ਬੱਚੇ ਨੇ ਕੋਈ 16-17 ਪੱਲੇ ਨੇ ਬੱਚਿਆਂ ਦਾ ਵੀ ਤੁਹਾਨੂੰ ਸ਼ੋਅ ਕਰਾਂਗੇ ਤੇ ਦੋਸਤੋ ਭਾਈ ਉਹ ਖਾਲੀ ਲਾਹੌਰ 'ਚ ਨਹੀਂ ਲਾਹੌਰ ਤੋਂ ਬਾਅਦ ਵੀ ਉਸਤਾਦ ਜੀ ਦਾ ਮਾਸ਼ਾਅੱਲਾ 'ਚ ਗੁਜਰਾਤ ਦੇ ਵਿੱਚ ਵੀ ਬੜੇ ਬੜੇ ਅੱਛੇ ਰਿਜ਼ਲਟ ਹੈਗੇ ਨੇ ਦੀਨੇ ਖਾਰੀਆਂ ਕਾਫੀ ਅੱਛੇ ਅੱਛੇ ਸ਼ਗਿਰਦ ਹੈਗੇ ਨੇ ਉਸਤਾਦ ਜੀ ਦੇ ਤੇ ਵੱਡੇ ਲੈਵਲ ਦੀਆਂ ਛੱਤਾਂ ਤੇ ਇਹਨਾਂ ਦੀ ਸ਼ਗਿਰਦੀ ਹੈਗੀ ਹੈ ਠੀਕ ਹੈ ਸੀਨੀਅਰ ਉਸਤਾਦ ਜੀ ਹੈਗੇ ਨੇ ਇਹਨਾਂ ਦੇ ਸ਼ਗਿਰਦ ਵੀ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਲਾਈਕ ਕਰਨ ਤੇ ਉਸਤਾਦ ਜੀ ਸ਼ੋਅ ਕਰਵਾਉਂਦੇ ਆ ਤੇ ਮਾਸ਼ਾਅੱਲਾ ਅਖੀਰ ਕਰ ਗਏ ਕਿ ਬਾਕੀ ਜਿਹੜੇ ਕਬੂਤਰ ਬਾਦੀ ਨਾਪ ਤੋਲ ਕੇ ਤੁਸੀਂ ਕੀਤੀ ਹੈ ਭਾਈ ਜਿਹੜਾ ਭਾਈ ਹੈਗਾ ਨਾ
ਉਹਨੂੰ ਮਜ਼ਾ ਆਏਗਾ। ਇਹ ਪਰਿੰਦੇ ਜਿਹੜੇ ਨਾ ਜਿੰਨੇ ਵੀ ਬੱਚੇ ਨੇ ਇਹ ਮੇਰੇ ਸਾਰੇ ਟਰਾਈ ਜੁੜੇ ਨੇ ਬੱਚੇ ਟਰਾਈ ਜੋ ਰਹੇ ਨੇ। ਹਾਂ ਅੱਲਾ ਦੇ ਉੱਪਰ ਅਜ਼ਮੂਦਾ ਸ਼ਮਾਰ ਜਗ੍ਹਾ ਤੇ ਉੱਡੇ ਨੇ ਬੱਚੇ ਸਮਝੋ ਇਹਨਾਂ ਦੇ ਭੈਣਾ ਭਰਾ ਬੇਸ਼ੁਮਾਰ ਕਾਫੀ ਅਰਸਾ ਦਰਾਜ ਤੋਂ ਬੱਚੇ ਦੇ ਰਹੇ ਆ ਤੇ ਚੈਨਲ ਤੇ ਤੁਹਾਡੇ ਤੇ ਵੀ ਦੋ ਤਿੰਨ ਦਫਾ ਜਿਹੜੇ ਬੱਚੇ ਤੁਹਾਡੇ ਨਾਲ ਵੀ ਭੇਜੇ ਨੇ ਤੇ ਇਨਸ਼ਾਅੱਲਾ ਜਦੋਂ ਦੋਸਤ ਵੇਖਣਗੇ ਤੇ ਉਹਨਾਂ ਨੂੰ ਮਜ਼ਾ ਆਏਗਾ। ਮਾਸ਼ਾਅੱਲਾ ਉਸਤਾਦ ਜੀ ਕਹਿਣ ਦੀ ਜ਼ਰੂਰਤ ਨਹੀਂ ਹੈ, ਤੁਹਾਡਾ ਨਾਮ ਹੀ ਕਾਫੀ ਹੈ। ਜਿਨ ਭਾਈਓਂ ਕੋ ਅੱਛੇ ਰਿਜ਼ਲਟੋਂ ਵਾਲੇ ਬੱਚੇ ਚਾਹੀਏ ਜਾਂ ਦੇਖੇ ਬੱਚੋਂ ਕੇ ਸਾਈਜ਼ ਦੇਖੇ ਲੈਂਥੇ ਦੇਖੇ ਔਰ ਪਿਓਰ ਪ੍ਰਵਾਸੀ ਬੱਚੇ ਆ ਦੋਸਤੋ ਬਰੀਡਰ ਬੱਚੇ ਆ ਹੁੰਦਾ ਬਾਈ ਇਹਨਾਂ ਦੇ ਬੜੇ ਅੱਛੇ ਰਿਜ਼ਲਟ ਨੇ ਇਹਨਾਂ ਤੁਹਾਨੂੰ ਸ਼ੋ ਕਰਵਾਉਣਾ ਬੱਚਿਆਂ ਦਾ ਪੜ੍ਹ ਕੇ ਇਹ ਦਿਲ ਕਰੋ ਭਾਵੇਂ ਕੋਈ ਕੱਟ ਲਵੋ ਤੇ ਭਾਵੇਂ ਕੋਈ ਡਾ ਲਵੋ ਦੋਵੇਂ ਪਾਸੇ ਕੰਮ ਕਰਨਗੇ। ਮਾਸ਼ਾਅੱਲਾ ਜੀ ਮਾਸ਼ਾਅੱਲਾ ਉਸਤਾਦ ਜੀ ਦਾ ਨਾਮ ਹੀ ਕਾਫੀ ਆ ਤੇ ਦੋਸਤੋ ਭਾਈਓ ਬੱਚੇ ਜਿਹੜੇ ਬਾਈ ਕਹਿੰਦੇ ਨੇ ਕਿ ਸਾਡੇ ਕੋਲ ਲੱਗਦੇ ਨਹੀਂ ਹੈ ਭੱਜ ਜਾਂਦੇ ਨੇ ਠੀਕ ਹੈ ਇਹਨਾਂ ਦੇ ਬੱਚੇ ਮਾਸ਼ਾਅੱਲਾ ਤੂੰ ਮਾਸ਼ਾਅੱਲਾ ਬਰੇ ਬਰੇ ਆਲਾ ਰਿਜ਼ਲਟ ਆ ਲੈ ਨੇ ਦੇਖੋ ਇਹਨਾਂ ਦੀ ਅੱਖ 'ਚ ਬੱਚੇ ਨਾ ਲੈ ਰਿੰਗ ਦੇਖ ਲਓ ਨੁਮਾਇਆ ਹੋਣਾ ਸ਼ੁਰੂ ਹੋ ਗਏ ਨੇ ਬੱਚਿਆਂ ਦੇ ਮਾਸ਼ਾਅੱਲਾ ਪਾਰਕ ਹੁੰਦੇ ਬੱਚਿਆਂ ਦੇ ਜੁਸ਼ੇ ਜਿਸਮ ਹਰ ਚੀਜ਼ ਮੁਕੰਮਲ ਹੈ ਮਾਸ਼ਾਅੱਲਾ ਠੀਕ ਹੈ ਜਿਹੜਾ ਮਰਜ਼ੀ ਬੱਚਾ ਫੜ ਲਓ ਨਾ ਭਾਈ ਇਹਨੇ ਕਿ ਚੁਣ ਕੇ ਫੜਨੇ ਤੁਹਾਡੇ ਸਾਹਮਣੇ ਅੱਖਾਂ ਜਿਹੜਾ ਤੁਸੀਂ ਕਹੋਗੇ ਫੜ ਲਾਂਗੇ ਚੈੱਕ ਕਰੋ ਮਾਸ਼ਾਅੱਲਾ ਡੈਡੀ ਗੋਲਡਨ ਕਲਾਸ 'ਚ ਬੱਚੇ ਨੇ ਦੇਖੋ ਦੋਸਤੋ ਜਿਹੜੇ ਰਿੰਗਦਾਰ ਅੱਖਾਂ ਦੇ ਗੋਲਡਨ ਕਬੂਤਰ ਹੈਗੇ ਨੇ ਉਹਨਾਂ ਦੇ ਬੱਚੇ ਨੇ ਮਾਸ਼ਾਅੱਲਾ ਤਸਵੀਰ ਵਾਲੇ ਬੱਚੇ ਨੇ ਟੈਡੀ ਬੱਚੇ ਨੇ ਲਾਖਾ ਬੱਚਾ ਵੀ ਆਇਆ ਵਿੱਚ ਟੈਡੀ ਤੇ ਆਪਣਾ ਨਨਕਾਣੇ ਵਾਲਿਆਂ 'ਚ ਬਣਾਇਆ ਜੀ ਮਾਸ਼ਾਅੱਲਾ ਤੋਂ ਮਾਸ਼ਾਅੱਲਾ ਟੈਡੀ ਤੇ ਨਨਗਾਣੇ ਵਾਲਿਆਂ 'ਚ ਬਣਾਇਆ ਜਿਹੜਾ ਲਾਖਾ ਬੱਚਾ ਨਾ ਤੇ ਇਹ ਬੇਇੰਤਹਾ ਉੜਦੇ ਜੇ ਵਾਪਸੀਆਂ ਵੀ ਤੇ ਪ੍ਰਵਾਸ ਵੀ ਅਨਥੱਕ ਕਬੂਤਰ ਨੇ ਉਸਤਾਦ ਜੀ ਸਾਡੇ ਜਿਹੜੇ ਨਵੇਂ ਸ਼ਿਕਾਰੀ ਬਾਈ ਹੈਗੇ ਨਾ ਉਹਨਾਂ ਸਾਰਿਆਂ ਤੇ ਤੁਸੀਂ ਰਹਿਨਮਾਈ ਕਰਨੀ ਹੈ ਉਸਤਾਦ ਜੀ ਦਾ ਜਿਹੜਾ ਨੰਬਰ ਹੈ ਦੋਸਤੋ ਤੁਹਾਨੂੰ ਦਿੰਦੇ ਹਾਂ ਸੀਰੀਅਸ ਬੈਰ ਰਾਬਤਾ ਕਰਨ ਬੱਚਾ ਪਹਿਲੇ ਵੀ ਦਿਖਾ ਤਾ ਮਾਸ਼ਾਅੱਲਾ ਜੀ ਮੈਂ ਹੱਥ ਆਇਆ ਯਕੀਨ ਮੈਨੂੰ ਮਜ਼ਾ ਆ ਗਿਆ ਵੇਖੋ ਦੋਸਤੋ ਲੱਖਾ ਬੱਚਾ ਮੈਂ ਤੁਹਾਨੂੰ ਉਹਦਾ ਵੀ ਲੱਖਾਂ ਦੀ ਨਿਸ਼ਾਨੀ ਦੱਸੀ ਸੀ ਅਸਲ ਹੁੰਦਾ ਬਈ ਇਸ ਤਰ੍ਹਾਂ ਹੀ ਆ ਤੇ ਇਹ ਜਿਹੜੇ ਜਨਮ ਹੈਗੇ ਨੇ ਮਾਸ਼ਾਅੱਲਾ ਤੇ ਦੋਸਤੋ ਭਾਈਓ ਸਾਡੀ ਤਰਫ ਤੋਂ ਉਸਤਾਦ ਅਸਗਰ ਸਾਹਿਬ ਦੀ ਸਮਝ ਲਵੋ ਕਿ ਮੁਕੰਮਲ ਤਸੱਲੀ ਹੈ ਠੀਕ ਹੈ ਉਸਤਾਦ ਅਸਗਰ ਸਾਹਿਬ ਬੇਸ਼ੁਮਾਰ ਸ਼ਾਗਿਰਦਾਂ ਦੀ ਇਹਨਾਂ ਨੇ ਬੁਨਿਆਦ ਰੱਖੀ ਹੈ ਤੇ ਬੇਸ਼ੁਮਾਰ ਸ਼ਾਗਿਰਦਾਂ ਦੀ ਫਤਿਹ ਹਾਸਿਲ ਕੀਤੀ ਹੈ ਉਸਤਾਦ ਅਸਗਰ ਸਾਹਿਬ ਨੇ ਉਸਤਾਦ ਜੀ ਸਭ ਤੋਂ ਪਹਿਲੇ ਇਹਨਾਂ ਦਾ ਤੁਸੀਂ ਪਿਆਰ ਮੁਹੱਬਤ ਕਰਕੇ ਕਿਉਂਕਿ ਤੁਸੀਂ ਉਸਤਾਦ ਬੰਦੇ ਹੋ ਠੀਕ ਹੈ ਤੇ ਤੁਹਾਡੇ ਕੋਲ ਆਏ ਆ ਹਮਦਾ ਭਾਈ ਤੁਹਾਡੀ ਮੁਹੱਬਤ ਦੇ ਨਾਲ ਇਹ ਜਿਹੜਾ ਨਾ ਫਾਈਨਲ 1500 ਦਾ ਜਾਏਗਾ 2000 ਤੋਂ ਥੱਲੇ ਮੈਂ ਬੱਚਾ ਨਹੀਂ ਸੇਵ ਬਿਲਕੁਲ ਨਹੀਂ ਦਿੱਤਾ ਮੈਂ ਖੁਦ ਤੁਹਾਡੇ ਕੋਲ ਇੰਨੇ ਦਾ ਲੈ ਕੇ ਗਿਆ ਬੇਸ਼ੱਕ ਤੇ ਕੋਈ ਬੰਦਾ ਵੀ ਨਹੀਂ ਤੁਹਾਨੂੰ ਸਾਬਤ ਕਰ ਸਕਦਾ ਕਿ ਮੈਂ 1500 ਦਾ ਬੱਚਾ ਨੂੰ ਕਿਸੇ ਨੂੰ ਦਿੱਤਾ ਠੀਕ ਹੈ ਤੁਸੀਂ ਕਿਹਾ ਕਿ ਯਾਰ ਮੁਨਾਸਬ ਕੀਮਤ ਹੋਵੇ ਤੇ ਚਲੋ ਉਸਤਾਦ ਜੀ ਅਸੀਂ ਕਹਿ ਈਦ ਗੁਜ਼ਰੀ ਹੈ ਫੌਰਨ ਬਾਅਦ ਐਸਾ ਚੀਜ਼ ਦਾ ਸ਼ੋਅ ਕਰਵਾ ਦਈਏ ਤੇ ਦੇਖੋ ਤੁਸੀਂ ਚਾਹ ਨਾਲ ਆਏ ਹੋ ਤੇ ਫਿਰ ਤੁਹਾਡੀ ਵੀ ਮੰਨਣੀ ਪੈਣੀ ਸਮਝੋ ਤੇ ਜਿਹੜਾ ਭਰਾ ਲਏਗਾ ਨਾ ਇਹ ਜ਼ਿਆਦਾ ਕੱਟਣ ਵਾਲੇ ਬੱਚੇ ਹੈਗੇ ਜੀ ਠੀਕ ਹੈ ਨਾ ਉਡਾਨ ਤੋਂ ਬਾਅਦ ਜਿਹੜਾ ਨਾ ਇਹ ਪੇਅਰ ਬਣਾਉਣ ਉਹਦੇ 'ਚ ਬੰਦੇ ਨੂੰ ਮਜ਼ਾ ਵੀ ਆਉਂਦਾ ਕਿ ਪਤਾ ਆਉਂਦਾ ਯਾਰ ਇਹ ਮੈਂ ਮੇਰੇ ਉੱਡੇ ਕਬੂਤਰ ਨੇ ਇਤਮਾਦ ਹੁੰਦਾ ਉਸਤਾਦ ਜੀ ਦਾ 1500 ਰੁਪਏ ਪਰ ਦੋਸਤੋ ਫ੍ਰੀ ਨਾ ਬੱਚੇ ਜਿਹੜੇ ਬਾਈ ਗਰੰਟੀਆਂ ਮੰਗਦੇ ਆ ਨਾ ਬੱਚੇ ਤੁਹਾਡੇ ਸਾਹਮਣੇ ਬੱਚਾ ਆਇਆ ਕੀ ਸਮਝੋ
ਇਹ ਮੀਆਂ ਸਾਹਿਬ ਵਾਲੇ ਟੈਡੀ ਕਬੂਤਰ ਨੇ, ਮੈਨੂੰ ਜ਼ਿਆਦਾ ਕਬੂਤਰ ਜਿਹੜੇ ਨਾ ਮੇਰੇ ਕੋਲ ਮੀਆਂ ਸਾਹਿਬ ਵਾਲੇ ਨੇ। ਤੇ ਰਿਜ਼ਲਟ ਵੀ ਉਸਤਾਦ ਜੀ ਤੁਸੀਂ ਸਾਨੂੰ ਰਹਿਨਮਾਈ ਕਰਨੀ ਹੈ, ਰਿਜ਼ਲਟ ਵੀ ਮੀਆਂ ਸਾਹਿਬ ਵਾਲਿਆਂ ਦੀ। ਅੱਛਾ ਇਨਸ਼ਾਅੱਲਾ ਤਾਲਾ, ਦੇਖੋ ਕਬੂਤਰ ਭਾਵੇਂ ਕਿਸੇ ਦਾ ਵੀ ਹੋਵੇ, ਚੋਈ ਸਾਹਿਬ ਵਾਲਾ ਹੋਵੇ, ਮੀਆਂ ਸਾਹਿਬ ਵਾਲਾ ਹੋਵੇ, ਜਾਂ ਕਿਸੇ ਵੀ ਉਸਤਾਦ ਦੇ ਬਣਿਆ ਕਬੂਤਰ ਹੋਵੇ, ਉਹਦੇ 'ਚ ਕੁਆਲਿਟੀ ਹੋਣੀ ਚਾਹੀਦੀ, ਕਬੂਤਰ ਕੰਪਲੀਟ ਹੋਣਾ ਚਾਹੀਦਾ। ਬੱਚਾ ਮੈਂ ਉਹੀ ਕਿਹਾ ਸ਼ੁਰੂਆਤ 'ਚ ਵੀ ਕਿ ਨਾਪ ਤੋਲ ਕੇ ਜਿਹੜੀ ਕਬੂਤਰਬਾਜ਼ੀ ਕੀਤੀ ਹੈ, ਅੱਛਾ ਕਬੂਤਰ ਹੋਏਗਾ, ਕੋਈ ਵੀ ਹੋਏਗਾ, ਕਿਸੇ ਵੀ ਬ੍ਰਾਂਡ ਦਾ ਹੋਏਗਾ, ਉਹਦਾ ਅੱਛਾ ਰਿਜ਼ਲਟ ਆਏਗਾ। ਵੇਖੋ ਨਾ ਦੋਸਤੋ ਭਾਈਓ, 1500 ਰੁਪਏ ਪਰ ਰੇਟ ਹੈ ਇਹਨਾਂ ਦਾ। ਉਸਤਾਦ ਜੀ ਨੰਬਰ ਬੋਲ ਕੇ ਵੀ ਦੱਸ ਦਿਓ, ਮੈਂ ਵੈਸੇ ਵੀ ਲਿਖ ਕੇ ਮੈਂਸ਼ਨ ਕਰ ਦਿਆਂਗਾ। 0307-210-4247 4247 ਵਟਸਐਪ ਵੀ ਆ ਦਿੱਤੇ, ਵਟਸਐਪ ਨੰਬਰ ਹੈ, ਇਹੀ ਮੇਰਾ ਫੋਨ ਨੰਬਰ। ਸਹੀ ਹੋ ਗਿਆ। ਤੇ ਦੋਸਤੋ ਭਾਈਓ ਸਾਨੂੰ ਦਿਓ ਇਜਾਜ਼ਤ ਬਹੁਤ ਸਾਰੀ ਦੁਆਵਾਂ ਦੇ ਨਾਲ, ਤੇ ਓਕੇ ਜੀ, ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।